ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ, ਜਿਨ੍ਹਾਂ ਦਾ ਕਿ ਅੱਜ 5 ਜਨਵਰੀ ਨੂੰ ਜਨਮ ਦਿਨ ਹੈ, ਅਤੇ ਬਹੁਤ ਸਾਰੇ ਚਾਹੁਣ ਵਾਲੇ ਅੱਜ ਹਵੇਲੀ ਕੇਕ ਲੈ ਕੇ ਪਹੁੰਚੇ, ਅਤੇ ਬਾਪੂ ਬਲਕੌਰ ਸਿੰਘ ਨੇ ਵੀ ਸਾਰਿਆਂ ਨਾਲ ਮਿਲ ਕੇ ਜਨਮ ਦਿਨ ਦਾ ਕੇਕ ਕੱਟਿਆ। ਅਤੇ ਸਿੱਧੂ ਮੂਸੇਵਾਲਾ ਆਪਣੇ ਪਿਤਾ ਦੇ ਹਰ ਜਨਮ ਦਿਨ 'ਤੇ ਇੱਕ ਗੀਤ ਰਿਲੀਜ਼ ਕਰਦਾ ਸੀ, ਪਰ ਸਿੱਧੂ ਦੇ ਜਾਣ ਤੋਂ ਬਾਅਦ ਇੱਦਾਂ ਨਹੀਂ ਹੋ ਸਕਿਆ। ਪਰ ਸਿੱਧੂ ਮੂਸੇਵਾਲੇ ਦੀ ਪਿਤਾ ਦੇ ਜਨਮ ਦਿਨ 'ਤੇ ਕਹੀ ਗੱਲ ਸੱਚ ਜ਼ਰੂਰ ਸਾਬਤ ਹੋਈ ਹੈ। ਸਿੱਧੂ ਮੂਸੇਵਾਲੇ ਨੇ ਜਿਉਂਦੇ ਜੀ ਆਪਣੇ ਪਿਤਾ ਦੇ ਜਨਮ ਦਿਨ 'ਤੇ ਇੱਕ ਪੋਸਟ ਸ਼ੇਅਰ ਕਰਕੇ ਲਿਖਿਆ ਸੀ ਕਿ ਹੈਪੀ ਬਰਥਡੇ ਫਾਦਰ ਸਾਹਿਬ, ਮੇਰੀ ਵੀ ਉਮਰ ਲੱਗ ਜਾਵੇ ਤੁਹਾਨੂੰ। ਅਤੇ ਦੋਸਤੋ, ਹੁਣ ਮਾਤਾ ਚਰਨ ਕੌਰ ਨੇ ਵੀ ਇਸੇ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਸ਼ੁਭ, ਜੋ ਤੁਸੀਂ ਕਿਹਾ ਉਹ ਸੱਚ ਹੋਇਆ। ਸੱਚਿਓ, ਤੁਸੀਂ ਆਪਣੀ ਉਮਰ ਆਪਣੇ ਬਾਪੂ ਜੀ ਨੂੰ ਲਾ ਗਏ। ਸਾਨੂੰ ਨਹੀਂ ਚਾਹੀਦੀ ਤੁਹਾਡੀ ਇਹ ਵਿਸ਼, ਸਾਨੂੰ ਤਾਂ ਬਸ ਤੁਸੀਂ ਚਾਹੀਦੇ ਸੀ। ਚਲੋ, ਜੋ ਵਾਹਿਗੁਰੂ ਦੀ ਮਰਜ਼ੀ, ਪਰ ਅੱਜ ਵੀ ਅਸੀਂ ਤੁਹਾਨੂੰ ਆਪਣੇ ਨਾਲ ਹੀ ਮਹਿਸੂਸ ਕਰਦੇ ਹਾਂ। ਤੁਸੀਂ ਕਿਤੇ ਨਹੀਂ ਗਏ, ਪਰ ਅੱਜ ਤੇਰੇ ਬਾਪੂ ਦਾ ਜਨਮ ਦਿਨ ਏ। ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ, ਰੱਬ ਤੇਰੇ ਬਾਪੂ ਜੀ ਦੀ ਲੰਮੀ ਉਮਰ ਕਰੇ, ਤੇਰੇ ਦੁਸ਼ਮਣਾਂ ਦੀ ਬਰਬਾਦੀ ਆਪਣੇ ਅੱਖੀਂ ਦੇਖ ਸਕਣ। ਸਾਨੂੰ ਹਮੇਸ਼ਾ ਮਾਣ ਰਹੂਗਾ ਕਿ ਅਸੀਂ ਤੈਨੂੰ ਜਨਮ ਦਿੱਤਾ ਅਤੇ ਤੁਸੀਂ ਸਾਨੂੰ ਇੰਨਾ ਮਾਣ ਦਿਵਾਇਆ। ਅੱਜ ਕਰੋੜਾਂ ਦੀ ਗਿਣਤੀ ਵਿੱਚ ਤੇਰੇ ਭੈਣ ਭਰਾਵਾਂ ਨੇ ਸਾਨੂੰ ਬੇਬੇ ਬਾਪੂ ਵਾਲਾ ਮਾਣ ਬਖਸ਼ਿਆ। ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦੀ ਹਾਂ, ਜਿੰਨੇ ਵਾਰੀ ਵਾਹਿਗੁਰੂ ਮੈਨੂੰ ਇਸ ਧਰਤੀ 'ਤੇ ਭੇਜੇ, ਤੂੰ ਮੇਰਾ ਪੁੱਤ ਅਤੇ ਮੈਂ ਤੇਰੀ ਮਾਂ ਹੋਵਾਂ। ਲਵ ਯੂ ਪੁੱਤ, ਜਿੱਥੇ ਵੀ ਹੋਵੋ ਖੁਸ਼ ਰਹੋ। ਇਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਦੇ ਜਿਉਂਦੇ ਜੀ ਪਿਤਾ ਦਾ ਜਨਮ ਦਿਨ ਮਨਾਉਣ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਹੜੀ ਕਿ ਤੁਸੀਂ ਅੱਗੇ ਦੇਖ ਸਕਦੇ ਹੋ। ਚਲੋ ਜੀ, ਚਲੋ 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 ਚਲੋ, ਡੈਡੀ ਮਾਰੋ ਫੂਕ ਜੀ ਕਿਹੜਾ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ। ਓਏ ਖੋਲ ਦੇ, ਖੋਲ ਦੇ, ਖੋਲ ਦੇ। ਓ ਜਾਓ ਤੇਰੇ। ਹੈਪੀ ਬਰਥਡੇ, ਹੈਪੀ ਬਰਥਡੇ ਜੀ।